ਸੱਚੀ ਗੱਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ এডਿਕੇਸ਼ਨ ਵਿੱਚ ਅੱਜ ਦਾ ਜੋ ਸਾਡਾ ਟਾਪਿਕ ਹੈ ਉਹ ਇੱਕ ਸਾਡੇ ਵੀਰ ਪਰਮਰਾਇ ਜੀ ਵੱਲੋਂ ਰਿਕਵੈਸਟ ਪ੍ਰਾਪਤ ਹੋਈ ਹੈ ਸਾਨੂੰ ਕਿ ਉਹਨਾਂ ਦਾ ਪੇਪਰ ਹੈ 3 ਤਰੀਕ ਨੂੰ ਕੰਬਾਈਨਡ ਸੈਂਟੈਂਸਸ ਕਰਾਏ ਜਾਣ ਬਹੁਤ ਸੋਹਣਾ ਟਾਪਿਕ ਹੈ ਤੇ ਬਹੁਤ ਜ਼ਿਆਦਾ ਕੰਮ ਆਉਂਦਾ ਇਸ ਵੀਡੀਓ ਦੇ ਵਿੱਚ ਆਪਾਂ ਪੂਰੇ ਸੌਖੇ ਤੋਂ ਸੌਖੇ ਸਿੰਪਲ ਤਰੀਕੇ ਦੇ ਨਾਲ ਇਹ ਟਾਪਿਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਪਹਿਲਾਂ ਸਾਡੀ ਇੱਕ ਰਿਕਵੈਸਟ ਹੈ ਜੇ ਤੁਸੀਂ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਇਹ ਥੱਲੇ ਲਾਲ ਬਟਨ ਦੱਬ ਕੇ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਵਾਲਾ ਬਟਨ ਵੀ ਦੱਬ ਦਿਓ ਤਾਂ ਕਿ ਨੋਟੀਫਿਕੇਸ਼ਨ ਆਨ ਹੋ ਜੇ ਜਦੋਂ ਹੀ ਨਵੀਂ ਵੀਡੀਓ ਆਵੇ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਏ ਲਓ ਜੀ ਲਓ ਜੀ ਅੱਜ ਦਾ ਟੌਪਿਕ ਸ਼ੁਰੂ ਕਰਦੇ ਆਂ ਫਿਰ ਆਪਾਂ ਕੰਬਾਈਨਡ ਸੈਂਟੈਂਸਸ ਕੰਬਾਈਨਡ ਦਾ ਮਤਲਬ ਕੀ ਹੁੰਦਾ ਹੈ ਪੰਜਾਬੀ ਦੇ ਵਿੱਚ ਕੰਬਾਈਨਡ ਦਾ ਮਤਲਬ ਹੁੰਦਾ ਜੋੜਨਾ ਇਕੱਠਾ ਕਰਨਾ ਪਹਿਲਾਂ ਤਾਂ ਆਪਾਂ ਇਹੀ ਚੀਜ਼ ਕਲੀਅਰ ਕਰਾਂਗੇ ਵੀ ਇਹ ਹੁੰਦੇ ਕੀ ਐ ਇਹ ਸਾਨੂੰ ਕਰਨੇ ਕਿਉਂ ਪੈਂਦੇ ਐ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਇਹ ਫੰਡਾ ਬਹਿ ਗਿਆ ਚੀਜ਼ ਬਹਿ ਗਈ ਫੇਰ ਹੀ ਅੱਗੇ ਪੜ੍ਹਾਂਗੇ ਆਪਾਂ ਦੋ ਤਰ੍ਹਾਂ ਦੇ ਮੈਂ ਇੱਥੇ ਵਾਕ ਲਿਖਦਾ ਲਓ ਜੀ ਪਹਿਲਾ ਲਿਖਿਆ ਏਕਮ ਵੈਂਟ ਟੂ ਸਕੂਲ ਇੱਕ ਵਾਕ ਆਪਣੇ ਕੋਲ ਸਿੰਪਲ ਵਾਕ ਹੈ ਹੈਗਾ ਇਹ ਇੱਕ ਆ ਬਾਗ ਥੱਲੇ ਹੋਰ ਲਿਖਤਾ ਗੱਬਰ ਵੈਂਟ ਟੂ ਸਕੂਲ ਦੋਨੇ ਬਾਗ ਆਪਣੇ ਆਪ ਦੇ ਵਿੱਚ ਕੰਪਲੀਟ ਨੇ ਤੇ ਇੱਕ ਸੈਂਸ ਦਿੰਦੇ ਨੇ ਪੂਰੀ ਵਧੀਆ ਸੈਂਸ ਬਣਾਉਂਦੇ ਨੇ ਏ ਕਮ ਵੈਂਟ ਟੂ ਸਕੂਲ ਗੱਬਰ ਵੈਂਟ ਟੂ ਸਕੂਲ ਜਦੋਂ ਆਪਾਂ ਜੇ ਕੋਈ ਪੈਰਾ ਲਿਖਣਾ ਚਲੋ ਛੱਡੋ ਸਾਰਾ ਹੀ ਛੱਡੋ ਇਹਨਾਂ ਦੋਨਾਂ ਦੀ ਜਿਹੜੀ ਮੰਮੀ ਆ ਉਹ ਗੱਲ ਕਰ ਰਹੀ ਹੈ ਕਿਸੇ ਤੀਜੇ ਬੰਦੇ ਦੇ ਨਾਲ ਏਕਮ ਤੇ ਗੱਬਰ ਦੀ ਮੰਮੀ ਉਹ ਕਹਿ ਰਹੀ ਹੈ ਵੀ ਏਕਮ ਵੈਂਟ ਟੂ ਸਕੂਲ ਗੱਬਰ ਵੈਂਟ ਟੂ ਸਕੂਲ ਹੁਣ ਇਹ ਕਹਤਾ ਐਡੇ ਵੱਡੇ ਦੋ ਦੋ ਵਾਕ ਬਣਾਤੇ ਵੱਡੇ ਵੱਡੇ ਇਹ ਦੋਨੇ ਗਲਤ ਨਹੀਂ ਐ ਇਹ ਪਰ ਕੀ ਤੁਸੀਂ ਇਹ ਨਹੀਂ ਸੋਚਦੇ ਵੀ ਇਹ ਦੋਨੇ ਵਾਕਾਂ ਨੂੰ ਇੱਕ ਵਾਕ ਦੇ ਵਿੱਚ ਹੀ ਕਹਿ ਦੇ ਤਾਂ ਕਿੰਨਾ ਸੋਹਣਾ ਲੱਗੇ ਦੇਖੋ ਜੇ ਆਪਾਂ ਅਜਿਹਾ ਐਂ ਕਹਿ ਦਿੰਦੀ ਏਕਮ ਐਂਡ ਗੱਬਰ ਬੈਂਟ ਟੂ ਸਕੂਲ ਇਹ ਵਾਕ ਤਾਂ ਤੁਸੀਂ ਬਹੁਤ ਵਾਰੀ ਸੁਣਿਆ ਹੀ ਹੋਣਾ ਤੇ ਤੁਹਾਨੂੰ ਦੇਖਣਸਾਰ ਵੀ ਐ ਲੱਗੂ ਵੀ ਹਾਂ ਠੀਕ ਆ ਪਰ ਇਹਦੇ ਵਿੱਚ ਆਪਾਂ ਦੋ ਵਾਕ ਜੋੜ ਤੇ ਜੋੜ ਕੇ ਇੱਕ ਨਵਾਂ ਬਣਾਤਾ ਨਾ ਬਹੁਤ ਸੋਹਣਾ ਵਾਕ ਬਣਾਤਾ ਤੇ ਸਿੰਪਲ ਵਧੀਆ ਵੀ ਲੱਗਦਾ ਲਿਖਿਆ ਇਹ ਤਾਂ ਔੜਜਾ ਲੱਗਦਾ ਜੇ ਤੁਸੀਂ ਬੋਲੋ ਕਿਸੇ ਨੂੰ ਐ ਦਵਾਰੇ ਦਵਾਰੇ ਜਾਂ ਕਿਸੇ ਪੈਰੇ 'ਚ ਲਿਖੋ ਅਜੀਬ ਜਿਹਾ ਲੱਗਦਾ ਹਨਾ ਇਹ ਆਪਾਂ ਦੋਨਾਂ ਨੂੰ ਜੋੜ ਕੇ ਇੱਕ ਨਵਾਂ ਵਾਕ ਬਣਾਤਾ ਪੂਰਾ ਵਧੀਆ ਵਧੀਆ ਸੈਂਟੈਂਸ ਪਰ ਇਹਦੇ ਵਿੱਚ ਆਪਾਂ ਇੱਕ ਨਵੀਂ ਚੀਜ਼ ਕੀ ਲਾਈ ਆ ਐਂਡ ਐਂਡ ਕੀ ਹੁੰਦਾ ਕਨਜੰਕਸ਼ਨ ਹੁੰਦਾ ਐਂਡ ਹੁੰਦਾ ਸਾਡੇ ਕੋਲੇ ਕਨਜੰਕਸ਼ਨ ਠੀਕ ਹੈ ਜੀ ਇਹ ਆਪਾਂ ਇੱਕ ਤੁਹਾਨੂੰ ਸਿੰਪਲ ਉਦਾਹਰਨ ਦਿੱਤੀ ਆ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਜਿਹੜੇ ਕੰਬਾਈਨਡ ਸੈਂਟੈਂਸ ਨੇ ਉਹ ਹੁੰਦੇ ਕੀ ਨੇ ਤੇ ਅਸੀਂ ਸੈਂਟੈਂਸਾਂ ਨੂੰ ਕੰਬਾਈਨ ਕਰਦੇ ਕਿਵੇਂ ਆ ਉਹ ਆਪਾਂ ਅੱਗੇ ਕਰਾਂਗੇ ਪਤਾ ਤੁਹਾਨੂੰ ਲੱਗਿਆ ਹੋਊਗਾ ਕੰਬਾਈਨਡ ਸੈਂਟੈਂਸ ਕਿਵੇਂ ਬਣਦਾ ਚਲੋ ਹੁਣ ਆਪਾਂ ਅੱਗੇ ਵਧਦੇ ਆਂ ਅੱਗੇ ਜਦੋਂ ਆਪਾਂ ਇਹਦੇ ਵਿੱਚ ਜਾਵਾਂਗੇ ਤਾਂ ਆਪਾਂ ਇਹ ਦੇਖਾਂਗੇ ਵੀ ਆਪਾਂ ਸੈਂਟੈਂਸਾਂ ਨੂੰ ਕੰਬਾਈਨ ਕਿੰਨੇ ਤਰੀਕੇ ਦੇ ਨਾਲ ਕਰ ਸਕਦੇ ਆਂ ਆਪਾਂ ਸੈਂਟੈਂਸਾਂ ਨੂੰ ਤਿੰਨ ਤਰੀਕੇ ਦੇ ਨਾਲ ਕੰਬਾਈਨ ਕਰ ਸਕਦੇ ਆਂ ਪਤਾ ਲੱਗ ਗਿਆ ਨਾ ਕੰਬਾਈਨਡ ਸੈਂਟੈਂਸ ਹੁੰਦੇ ਕੀ ਆ ਹੁਣ ਆਪਾਂ ਤਰੀਕੇ ਸਿੱਖਾਂਗੇ ਲਓ ਜੀ ਜਿਹੜਾ ਪਹਿਲਾ ਤਰੀਕਾ ਜੀ ਸਾਡੇ ਕੋਲੇ ਉਹ ਹੈਗਾ ਪੰਜੰਕਸ਼ਨ ਠੀਕ ਹੈ ਜੀ ਹੁਣ ਜਿਹੜੇ ਅੱਗੇ ਕਨਜੰਕਸ਼ਨਸ ਨੇ ਜਿਨ੍ਹਾਂ ਨੂੰ ਜੋੜਕ ਜੋੜਾਂ ਵੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਜਿਵੇਂ ਪਾ ਤੇ ਉਤੇ ਉਹ ਲਾਉਂਦੇ ਨਹੀਂ ਹੁੰਦੇ ਉਵੇਂ ਜਿਹੜੇ ਅੱਗੇ ਕਨਜੰਕਸ਼ਨਸ ਨੇ ਇਹ ਅੱਗੇ ਫਿਰ ਤਿੰਨ ਪ੍ਰਕਾਰ ਦੇ ਨੇ ਇਹ ਕੰਬਾਈਨਡ ਸੈਂਟੈਂਸ ਦਾ ਇੱਕ ਪਹਿਲਾ ਪਾਰਟ ਆ ਸਾਡੇ ਕੋਲੇ ਪਰ ਇਹ ਵੀ ਅੱਗੇ ਤਿੰਨ ਪਾਰਟ ਦੇ ਨੇ ਪਹਿਲਾ ਪਾਰਟ ਜਿਹੜਾ ਕਨਜੰਕਸ਼ਨ ਦਾ ਹੋਏਗਾ ਕੋਆਰਡੀਨੇਟ ਠੀਕ ਹੈ ਜੀ ਦੂਜਾ ਪਾਰਟ ਸਾਡੇ ਕੋਲ ਕਨਜੰਕਸ਼ਨ ਦਾ ਹੋਏਗਾ ਜਿਹੜਾ ਅੱਗੇ subordinate ਜਿਹੜਾ ਸਾਡੇ ਕੋਲ ਤੀਜਾ ਪਾਰਟ ਆ ਕਨਜੰਕਸ਼ਨ ਦਾ ਉਹ ਹੈਗਾ ਕੋਰਲੇਟਿਵ ਲੋ ਜੀ ਇਹ ਸਾਡੇ ਕੋਲ ਅੱਗੇ ਕਨਜੰਕਸ਼ਨਾਂ ਦੇ ਵੀ ਤਿੰਨ ਪਾਰਟ ਆਗੇ ਕਨਜੰਕਸ਼ਨ ਨਾਲ ਆਪਾਂ ਸੈਂਟੈਂਸ ਜੋੜਦੇ ਆ ਅੱਗੇ ਉਹਦੇ ਵੀ ਤਿੰਨ ਪਾਰਟ ਨੇ ਜਿਨ੍ਹਾਂ ਨਾਲ ਆਪਾਂ ਸੈਂਟੈਂਸ ਜੋੜ ਸਕਦੇ ਆ ਜਿਹੜੇ ਕੋਆਰਡੀਨੇਟ ਕਨਜੰਕਸ਼ਨਸ ਹੁੰਦੇ ਨੇ ਉਹ ਤਾਂ ਸਿੰਪਲ ਨੇ ਜਿਹੜੇ ਆਪਾਂ ਆਮ ਵਰਤੋਂ ਦੇ ਵਿੱਚ ਬਹੁਤ ਵਾਰੀ ਦੇਖੇ ਨੇ ਲੋ ਜੀ ਪਹਿਲਾਂ ਆਪਾਂ ਕੋਆਰਡੀਨੇਟ ਕਨਜੰਕਸ਼ਨਾਂ ਦੀ ਗੱਲ ਕਰਦੇ ਆ ਜਿਹੜੇ ਸਾਡੇ ਮੇਜਰ ਮੇਨ ਕੋਆਰਡੀਨੇਟ ਕਨਜੰਕਸ਼ਨ ਯੂਜ਼ ਹੁੰਦੇ ਨੇ ਉਹ ਕਿਹੜੇ-ਕਿਹੜੇ ਨੇ ਐਂਡ ਔਰ ਸੋ ਬਟ ਯੈਟ ਫਾਰ ਲੋ ਜੀ ਇਹ ਸਾਡੇ ਮੇਜਰ ਕਨਜੰਕਸ਼ਨ ਜਿਹੜੇ ਯੂਜ਼ ਹੁੰਦੇ ਆ ਐਂਡ ਯੂਜ਼ ਕਰ ਲੈਨੇ ਆ ਔਰ ਸੋ ਬਟ ਆਪਾਂ ਬਹੁਤ ਸੈਂਟੈਂਸਾਂ ਦੇ ਵਿੱਚ ਯੂਜ਼ ਕਰਦੇ ਆਪਾਂ ਪਰ ਦੋ ਸੈਂਟੈਂਸ ਉੱਤੇ ਜੁੜੇ ਹੁੰਦੇ ਨੇ ਜਿਹੜੇ ਜਿਹੜੇ ਕੋਆਰਡੀਨੇਟ ਕਨਜੰਕਸ਼ਨ ਨੇ ਉਹ ਦੋ ਕਲੌਜ਼ਾਂ ਨੂੰ ਜਦ ਅਸੀਂ ਆਪਸ ਦੇ ਵਿੱਚ ਜੋੜਨਾ ਨਾ ਦੋ ਅਲੱਗ-ਅਲੱਗ ਕਲੌਜ਼ਾਂ ਨੂੰ ਉਦੋਂ ਯੂਜ਼ ਹੁੰਦੇ ਨੇ ਉਹ ਲਓ ਜੀ ਕਲੌਜ਼ ਜਦੋਂ ਆਪਾਂ ਕਰੀਏ ਕਲੌਜ਼ ਪਲੱਸ ਕਲੌਜ਼ ਇੱਕ ਕਲੌਜ਼ ਆਪਣੇ ਕੋਲ ਨਾਲ ਇੱਕ ਹੋਰ ਕਲੌਜ਼ ਆ ਤਾਂ ਜਦੋਂ ਉਹਨਾਂ ਨੂੰ ਆਪਾਂ ਦੋਨਾਂ ਨੂੰ ਜੋੜਨਾ ਤਾਂ ਉੱਥੇ ਕੋਆਰਡੀਨੇਟ ਕਨਜੰਕਸ਼ਨ ਯੂਜ਼ ਹੁੰਦੇ ਨੇ ਹੁਣ ਇੱਕ ਹੋਰ ਪੰਗਾ ਹੁਣ ਤੁਸੀਂ ਬੈਠੇ ਸੋਚਿਆਂਦੇ ਹੋਗੇ ਵੀ ਆਹ ਕੀ ਨਵਾਂ ਸੱਪਾ ਘੜਤਾ ਕਲੌਜ਼ ਚਲੋ ਕਲੌਜ਼ ਵੀ ਦੱਸ ਦੰਨੇ ਆਪਾਂ ਵੀ ਕਲੌਜ਼ ਕੀ ਆ ਸਾਨੂੰ ਹੁਣੀ ਬਸ ਨਾਲ ਦੀ ਨਾਲ ਤੁਹਾਨੂੰ ਪਤਾ ਲੱਗ ਜਾਣਾ ਕਲੌਜ਼ ਕੀ ਆ ਇੱਧਰ ਜੇ ਲਿਖ ਲੈਨੇ ਇੱਥੇ ਲਿਖ ਲੈਨੇ ਜਿਹੜਾ ਕਲੌਜ਼ ਆ ਕਲੌਜ਼ ਇੱਕ ਸੈਂਟੈਂਸ ਦੀ ਫਾਰਮ ਹੀ ਆ ਇੱਕ ਛੋਟਾ ਸੈਂਟੈਂਸ ਕਹਿ ਲੋ ਕਲੌਜ਼ ਨੂੰ ਇੱਕ ਬੇਸਿਕ ਸੈਂਟੈਂਸ ਕਹਿ ਸਕਦੇ ਆ ਇਹਦੇ ਵਿੱਚ ਸਬਜੈਕਟ ਹੋਣਾ ਜ਼ਰੂਰੀ ਆ ਤੇ ਵਰਬ ਹੋਣਾ ਜ਼ਰੂਰੀ ਆ ਲਓ ਜੀ ਜੇ ਸਬਜੈਕਟ ਤੇ ਵਰਬ ਨੂੰ ਜੋੜ ਕੇ ਤੁਸੀਂ ਕੋਈ ਵਾਕ ਬਣਾਓਗੇ ਤਾਂ ਉਹਨੂੰ ਕਲੌਜ਼ ਕਹਿ ਦਿੰਦੇ ਆ। ਸੈਂਟੈਂਸ ਵੀ ਇਹੀ ਚੀਜ਼ ਹੁੰਦੀ ਆ। ਸੈਂਟੈਂਸ ਦੇ ਵਿੱਚ ਨਾਲ ਆਬਜੈਕਟ ਆ ਜਾਂਦਾ ਹੋਰ ਹੈਲਪਿੰਗ ਵਰਬ ਵਗੈਰਾ ਵਗੈਰਾ ਹੋਰ ਕੁਝ ਆ ਜਾਂਦਾ। ਸਮਝੋ ਗੱਲ ਨੂੰ ਜਿਹੜਾ ਕਲੌਜ਼ ਆ ਉਹ ਇੱਕ ਬੇਸਿਕ ਛੋਟਾ ਜਿਹਾ ਪਾਰਟ ਆ ਸੈਂਟੈਂਸ ਦਾ। ਮਤਲਬ ਮੋਢਾ ਦਾ ਢਾਂਚਾ ਆ ਸੈਂਟੈਂਸ ਦਾ। ਇਹ ਹੈਗਾ ਕਲੌਜ਼ ਸਬਜੈਕਟ ਪਲੱਸ ਵਰਬ ਜਿਵੇਂ ਕੋਲ ਸਿੰਪਲ ਬਣਾ ਲਓ ਆਈ ਪਲੇ ਲਓ ਜੀ। ਇਹ ਇੱਕ ਕਲੌਜ਼ ਆ। ਮਤਲਬ ਹੈਗਾ ਤਾਂ ਇਹ ਸੈਂਟੈਂਸ ਹੀ ਆ ਪਰ ਛੋਟਾ ਬੇਸਿਕ ਵੀ ਇਦੋਂ ਛੋਟਾ ਦਾ ਸੈਂਟੈਂਸ ਬਣੀ ਨਹੀਂ ਸਕਦਾ। ਕਲੌਜ਼ ਤੋਂ ਸੈਂਟੈਂਸ ਅੱਗੇ ਬਣਦਾ ਆਈ ਪਲੇ ਸਬਜੈਕਟ ਆ ਗਿਆ ਵਰਬ ਆ ਗਿਆ ਨਾਲ ਪਲੇ ਆ ਗਿਆ ਠੀਕ ਹੈ ਚਲੋ ਜੀ ਇਹ ਕਲੌਜ਼ ਪਲੱਸ ਕਲੌਜ਼ ਜਦੋਂ ਆਪਣੇ ਕੋਲ ਦੋ ਸੈਂਟੈਂਸ ਹੋਣ ਉਹਨਾਂ ਨੂੰ ਜਦੋਂ ਆਪਾਂ ਜੋੜੀਏ ਇੰਡੀਪੈਂਡੈਂਟ ਹੋਣ ਕੋਈ ਬੜਾ ਜ਼ਿਆਦਾ ਇੱਕ ਦੂਜੇ ਤੇ ਉਹ ਸੈਂਟੈਂਸ ਡਿਪੈਂਡ ਨਾ ਕਰਦੇ ਹੋਣ ਜਿਵੇਂ ਆਪਾਂ ਪਹਿਲਾਂ ਹੀ ਵਾਕ ਬਣਾਇਆ ਸੀਗਾ ਏ ਕਮ ਵੈਂਟ ਟੂ ਸਕੂਲ ਤੇ ਗੱਬਰ ਵੈਂਟ ਟੂ ਸਕੂਲ ਆਇ ਤਾਂ ਨਹੀਂ ਕਿ ਭੀ ਜੇ ਇੱਕਮ ਸਕੂਲ ਗਈ ਆ ਗੱਬਰ ਤਾਂ ਹੀ ਗਿਆ ਜਾਂ ਜੇ ਗੱਬਰ ਗਿਆ ਇੱਕਮ ਤਾਂ ਹੀ ਉਹ ਆਪਸ ਚ ਇੱਕ ਦੂਜੇ ਤੇ ਡਿਪੈਂਡ ਤਾਂ ਨਹੀਂ ਹੈਗੇ ਇੰਡੀਪੈਂਡੈਂਟ ਉਹ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ ਸ਼ਬਦ ਆ ਉਹ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ ਸ਼ਬਦ ਆ ਦੋ ਇੰਡੀਪੈਂਡੈਂਟ ਕਲੋਜ਼ਾਂ ਨੂੰ ਆਪਸ ਦੇ ਵਿੱਚ ਜੋੜ ਦਿੰਨੇ ਆ ਤਾਂ ਉਹ ਬਣ ਜਾਂਦਾ ਉੱਥੇ ਲੱਗਦਾ ਕੋਆਰਡੀਨੇਟ ਕਨਜੰਕਸ਼ਨ ਇੱਥੇ ਇੰਡੀਪੈਂਡੈਂਟ ਕਲੋਜ਼ ਜੁੜਦੇ ਆ ਆਪਸ ਦੇ ਵਿੱਚ ਇੰਡੀਪੈਂਡੈਂਟ ਠੀਕ ਹੈ ਜੀ ਲਓ ਜੀ ਉੱਥੇ ਇਹ ਕੋਆਰਡੀਨੇਟ ਕਨਜੰਕਸ਼ਨ ਲੱਗ ਜਾਂਦੇ ਆ ਕੋਈ ਗੱਲ ਨਹੀਂ ਤੇ ਐਗਜ਼ਾਮਪਲ ਵੀ ਕਰਾਂਗੇ ਆਪਾਂ ਬਹੁਤ ਕਰਾਂਗੇ ਚਲੋ ਆਪਾਂ ਹੁਣ ਇਹ ਕੋਆਰਡੀਨੇਟ ਸਮਝ ਆ ਗਿਆ ਇੱਥੋਂ ਮੈਂ ਇਹਨੂੰ ਢਾ ਦੇਣਾ ਆਪਾਂ ਨਾਲ ਦੀ ਨਾਲ ਇੱਥੇ ਦੀ ਐਗਜ਼ਾਮਪਲ ਕਰਕੇ ਦੇਖ ਲੈਣੇ ਆ ਲਓ ਜੀ ਮੰਨ ਲਓ ਆਪਾਂ ਦੋ ਵਾਕ ਪਹਿਲਾਂ ਵੀ ਕੋਆਰਡੀਨੇਟ ਦੀ ਵੈਸੇ ਉਧਾਰਨ ਲਈ ਸੀ ਆਪਾਂ ਇੱਕ ਹੁਣ ਫੇਰ ਲੈ ਲੈਂਦੇ ਆ ਉਧਾਰਨ ਹੀ ਇਜ਼ ਅ ਪੂਰ ਇੱਕ ਵਾਕ ਹੀ ਇਜ਼ ਅ ਹੈਪੀ ਲਓ ਜੀ ਦੋ ਵਾਕ ਮੰਨ ਲਓ ਆਪਾਂ ਕੋਈ ਪੈਰੇ ਦੇ ਵਿੱਚ ਵਾਕ ਲਿਖ ਰਹੇ ਹਾਂ ਜਾਂ ਕੁਝ ਵੀ ਲਿਖ ਰਹੇ ਹਾਂ ਹੀ ਇਜ਼ ਪੂਰ ਆਪਾਂ ਕਿਸੇ ਬੰਦੇ ਬਾਰੇ ਲਿਖ ਰਹੇ ਹਾਂ ਹੀ ਇਜ਼ ਪੂਰ ਹੀ ਇਜ਼ ਹੈਪੀ ਦੋ ਵਾਕ ਨੇ ਨਾ ਡੱਡ ਇੱਥੇ ਆਪਾਂ ਇਹਨਾਂ ਨੂੰ ਜੇ ਦੋਨਾਂ ਨੂੰ ਜੋੜਨਾ ਤਾਂ ਕੀ ਆਪਾਂ ਕੋਆਰਡੀਨੇਟ ਕਿਹੜਾ ਕਨਜੰਕਸ਼ਨ ਯੂਜ਼ ਕਰ ਸਕਦੇ ਆ ਆਪਾਂ ਯੂਜ਼ ਕਰ ਦਾਂਗੇ ਇੱਥੇ ਬਟ ਤੇ ਇਹ ਆਪਾਂ ਕੱਟ ਦਾਂਗੇ ਹੀ ਇਜ਼ ਪੂਰ ਬਟ ਹੈਪੀ ਉਹ ਗਰੀਬ ਤਾਂ ਹੈਗਾ ਪਰ ਖੁਸ਼ ਆ ਜੁੜ ਗਏ ਦੋਨੇ ਸੈਂਟੈਂਸ ਦੁਬਾਰੇ ਦੁਬਾਰੇ ਲਿਖਣ ਦੀ ਲੋੜ ਨਹੀਂ ਪਈ ਹੀ ਇਜ਼ ਪੂਰ ਬਟ ਹੈਪੀ ਹੋ ਗਿਆ ਹੋਰ ਵੀ ਸਾਰੇ ਜਿਹੜੇ ਕਨਜੰਕਸ਼ਨ ਹੈ ਲਾ ਲਾ ਕੇ ਤੁਸੀਂ ਜੋੜ ਕੇ ਦੇਖ ਸਕਦੇ ਹੋ ਬਸ ਇੱਕ ਕਨਸੈਪਟ ਮਨ 'ਚ ਬਿਠਾ ਲਓ ਅੱਗੇ ਤਾਂ ਤੁਸੀਂ ਆਪੀ ਫੱਟੇ ਚੱਕੀ ਜਾਓਗੇ ਹੁਣ ਆ ਗਿਆ ਆਪਣੇ ਕੋਲ ਸਬਆਰਡੀਨੇਟ ਕਨਜੰਕਸ਼ਨ ਸਬਆਰਡੀਨੇਟ ਤੋਂ ਮਤਲਬ ਹੈ ਜਦੋਂ ਸਬਆਰਡੀਨੇਟ ਆਪਾਂ ਨਾਰਮਲ ਭਾਸ਼ਾ ਦੇ ਵਿੱਚ ਸ਼ਬਦ ਵਰਤਦੇ ਆ ਉੱਥੇ ਆਪਾਂ ਨੂੰ ਪਤਾ ਲੱਗ ਜਾਂਦਾ ਸਬਆਰਡੀਨੇਟ ਵੀ ਇੱਕ ਇੱਕ ਬੰਦਾ ਹੁੰਦਾ ਜਿਹੜਾ ਉਹ ਦੂਜੇ ਦੇ ਅਧੀਨ ਇੱਕ ਚੀਜ਼ ਦੂਜੇ ਦੇ ਅਧੀਨ ਉਹਨੂੰ ਹੀ ਸਬਆਰਡੀਨੇਟ ਕਹਿੰਦੇ ਹੁੰਦੇ ਨੇ ਇੱਥੇ ਵੀ ਉ ਇੱਥੇ ਆਪਾਂ ਉਹ ਵਾਕਾਂ ਨੂੰ ਜੋ ਇੱਥੇ ਆਪਾਂ ਇੱਕ ਤਾਂ ਸਾਡੇ ਕੋਲ ਹੁੰਦੀ ਹੈ ਮੇਨ ਕਲੌਜ਼ ਮੇਨ ਕਲੌਜ਼ ਕਲੌਜ਼ ਤਾਂ ਹੁਣ ਪੜ ਹੀ ਲਿਆ ਤੁਸੀਂ ਸਾਰਿਆਂ ਨੇ ਵੀ ਕੀ ਹੁੰਦਾ ਇੱਕ ਆਪਣੇ ਕੋਲ ਹੁੰਦੀ ਆ ਸਬਆਰਡੀਨੇਟ ਕਲੌਜ਼ ਸਬਆਰਡੀਨੇਟ ਕਲੌਜ਼ ਲਓ ਜੀ ਦੋ ਵਾਕ ਹੁੰਦੇ ਨੇ ਆਪਣੇ ਕੋਲੇ ਇੱਕ ਉਹਨਾਂ ਚੋਂ ਮੇਨ ਮੇਨ ਹੁੰਦਾ ਵਾਕ ਦੂਜਾ ਉਹਦੇ ਤੇ ਡਿਪੈਂਡ ਕਰਦਾ ਹੁੰਦਾ ਵਾਕ ਉਹ ਦੋ ਵਾਕਾਂ ਨੂੰ ਜੇ ਤੁਸੀਂ ਜੋੜਦੇ ਆਂ ਉਦੋਂ ਅਸੀਂ ਯੂਜ਼ ਕਰਦੇ ਆਂ ਸਬਆਰਡੀਨੇਟ ਕਨਜੰਕਸ਼ਨਸ ਲਓ ਜੀ ਹੁਣ ਇਹ ਕਿਹੜੇ-ਕਿਹੜੇ ਨੇ ਉਹ ਵੀ ਆਪਾਂ ਨੋਟ ਕਰ ਲਈਏ ਇਹ ਹੈਗੇ ਨੇ ਆਲਦੋ ਬਿਕੋਜ਼ ਵੈਨ ਇਹ ਮੇਨ ਨੇ ਹੋਰ ਵੀ ਬਥੇਰੇ ਹੋਣਗੇ ਪਰ ਸਾਨੂੰ ਮੇਨ ਦੱਸ ਤੇ ਕੋਈ ਗੱਲ ਨਹੀਂ ਤੁਸੀਂ ਆਪੇ ਕਰ ਲੈਣਾ ਕਨਸੈਪਟ ਇੱਕ ਵਾਰ ਤੁਸੀਂ ਇਹਨੂੰ ਦਿਮਾਗ 'ਚ ਬਿਠਾ ਲਿਆ ਜੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਆਲਦੋ ਬਿਕੋਜ਼ ਵੈਨ ਆ ਗਿਆ ਹੁਣ ਆਪਾਂ ਇਹਨ ਇੱਕ ਵਾਕ ਬਣਾ ਕੇ ਦੇਖਦੇ ਆਂ ਇਹਦੇ 'ਚ ਸਿੰਪਲ ਇਹ ਇਥੋਂ ਤੱਕ ਪਤਾ ਲੱਗ ਗਿਆ ਇਨੂੰ ਹਟਾ ਦੇਣਾ ਹੁਣ ਤੇ ਇੱਥੇ ਇੱਕ ਸਿੰਪਲ ਵਾਕ ਬਣਾਉਨੇ ਆਪਾਂ 메ਨ ਕਲਾਜ਼ ਪਲੱਸ ਸਬੋਡੀਨੇਟ ਕਲਾਜ਼ ਹੁੰਦਾ ਇੱਕ 메ਨ ਕਲਾਜ਼ ਹੁੰਦੀ ਹੈ ਇੱਕ ਸਬੋਡੀਨੇਟ ਮਤਲਬ ਉਹ ਤੇ ਡਿਪੈਂਡ ਕਰਦਾ ਹੁੰਦਾ ਜਿਹੜਾ ਅਗਲਾ ਸੈਂਟੈਂਸ ਹੁੰਦਾ ਉਹ ਹੁੰਦਾ ਉਹ ਦੋਨਾਂ ਨੂੰ ਜਦੋਂ ਆਪਾਂ ਜੋੜ ਦਈਏ ਉਦੋਂ ਬਣਦਾ ਇਹ ਉੱਥੇ ਲੱਗਦਾ ਸਬੋਡੀਨੇਟ ਕਨਜੰਕਸ਼ਨ ਲਓ ਜੀ ਹੁਣ ਆਪਾਂ ਕੋਈ ਵਾਕ ਬਣਾਵਾਂਗੇ ਮੰਨ ਲਓ ਤੁਸੀਂ ਇਹ ਵਾਕ ਹੈ ਤਾਂ ਆਈ ਐਮ ਨਾਟ ਗੋਇੰਗ ਟੂ ਵਰਕ because i am sick ਇੱਥੇ ਆਪਾਂ ਸਬੋਡੀਨੇਟ ਕਨਜੰਕਸ਼ਨ ਲਾਇਆ ਹੈ ਨਾ ਵਾਕ ਨੂੰ ਪੜੋ ਤੇ ਸਮਝੋ ਉਹ ਕਹਿੰਦਾ ਮੈਂ ਅੱਜ ਕੰਮ ਤੇ ਨਹੀਂ ਜਾ ਰਿਹਾ ਕਿਉਂਕਿ ਮੈਂ ਬਿਮਾਰ ਹਾਂ ਹੁਣ ਜਿਹੜੇ ਦੋਨੇ ਵਾਕ ਆ ਜੇ ਆਪਾਂ ਇਹਨਾਂ ਨੂੰ ਅਡਡ ਕਰ ਲਈਏ ਇੱਕ ਵਾਕ ਚੋ ਕਹਿੰਦਾ i am not going to work ਮੈਂ ਕੰਮ ਤੇ ਨਹੀਂ ਜਾ ਰਿਹਾ ਇੱਕ ਵਾਕ ਚੋ ਕਹਿੰਦਾ i am sick ਉਹ ਕਹਿੰਦਾ ਮੈਂ ਬਿਮਾਰ ਆ ਮਤਲਬ ਉਹ ਕਾਰਨ ਉਹਦਾ ਦੱਸ ਰਿਹਾ ਹੈ ਨਾ ਹੁਣ ਇਹ ਦੋਨੇ ਆਪਸ ਦੇ ਵਿੱਚ ਡਿਪੈਂਡੈਂਟ ਹੋ ਗਏ ਉਹ ਕੰਮ ਤੇ ਕਿਉਂ ਨਹੀਂ ਜਾ ਰਿਹਾ ਕਿਉਂਕਿ ਉਹ ਬਿਮਾਰ ਆ ਮਤਲਬ ਉਹਦਾ ਕੰਮ ਤੇ ਜਾਣਾ ਜਿਹੜਾ ਉਹ ਡਿਪੈਂਡ ਕਰਦਾ ਉਹਦੀ ਸਿਹਤ ਤੇ ਡਿਪੈਂਡ ਕਰੀ ਜਾਂਦਾ ਦੋਨੇ ਵਾਕ ਇੱਕ ਦੂਜੇ ਤੇ ਡਿਪੈਂਡ ਹੋ ਗਏ ਨਾ ਇਸ ਕਰਕੇ ਇੱਥੇ ਆਪਾਂ ਲਾਉਣਿਆ ਸਬੋਡੀਨੇਟ ਕਨਜੰਕਸ਼ਨ ਇਹ ਦੋਨੇ ਵਾਕ ਆਪਚ ਇੰਡੀਪੈਂਡੈਂਟ ਨਹੀਂ ਹੈਗੇ ਵੀ ਆਪਚ ਇਹਨਾਂ ਦਾ ਜੇ ਇਕੱਲੇ ਇਕੱਲੇ ਕਰ ਦੋਗੇ ਕੋਈ ਰੋਲ ਨਹੀਂ ਹੈਗਾ ਇਹ ਦੋਨੇ ਇੱਕ ਦੂਜੇ ਤੇ ਡਿਪੈਂਡ ਕਰਦੇ ਆ ਜਿਵੇਂ ਆਪਾਂ ਲਿਖਿਆ ਸੀ ਮੇਨ ਕਲੌਜ਼ ਤੇ ਸਬੋਡੀਨੇਟ ਕਲੌਜ਼ ਦੋਨੇ ਵਾਕ ਇੱਕ ਦੂਜੇ ਤੇ ਡਿਪੈਂਡ ਕਰਕੇ ਆਈ ਏਮ ਨਾਟ ਗੋਇੰਗ ਟੂ ਵਰਕ ਬਿਕਾਉਜ਼ ਆਈ ਏਮ ਸਿੱਕ ਉਹਨੇ ਦੱਸਤਾ ਕਹਿੰਦਾ ਮੈਂ ਕੰਮ ਤੇ ਭਾਈ ਤਾਂ ਨਹੀਂ ਜਾ ਰਿਹਾ ਕਿਉਂਕਿ ਮੈਂ ਬਿਮਾਰ ਆ ਆਪਸ ਚ ਡਿਪੈਂਡੈਂਟ ਹੋ ਗਏ ਇੱਥੇ ਆਪਾਂ ਲਾਵਾਂਗੇ ਸਬੋਡੀਨੇਟ ਕਨਜੰਕਸ਼ਨਸ ਇਹ ਦੋ ਵਾਕਾਂ ਨੂੰ ਜੋੜਨ ਵਾਸਤੇ ਜਿਹੜੇ ਆਪਾਂ ਕਹੇ ਸੀ ਆਲਦੋ ਵੈਨ ਬਿਕੋਜ਼ ਉਹ ਜਿਹੜੇ ਸਾਰੇ ਹੁੰਦੇ ਆ ਉਹ ਲਾਵਾਂਗੇ ਇੱਕ ਉਦਾਹਰਨਾ ਤੁਸੀਂ ਸਮਝ ਗਏ ਹੋਵੋਗੇ ਲਓ ਜੀ ਹੁਣ ਆਪਾਂ ਆ ਸਬੋਡੀਨੇਟ ਸਾਨੂੰ ਇੱਥੋਂ ਤੱਕ ਪਤਾ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਇੱਕ ਛੋਟੀ ਜੀ ਇੱਥੇ ਦੇਖ ਲਓ ਪਹਿਲਾਂ ਜਦੋਂ ਜਦੋਂ ਜਿਹੜਾ ਆ ਸਬੋਡੀਨੇਟ ਸਾਡਾ subordinate conjunctionਾਂ ਜਦੋਂ ਇਹ ਸੈਂਟੈਂਸ ਦੇ ਵਿੱਚ ਯੂਜ਼ ਹੁੰਦਾ ਉਦੋਂ ਆਪਾਂ ਕਮਾ ਨਹੀਂ ਲਾਉਂਦੇ ਜਦੋਂ ਇਹ ਸਟਾਰਟਿੰਗ ਤੇ ਯੂਜ਼ ਹੁੰਦਾ ਜੇ ਆਪਾਂ ਇਹ ਵਾਕੇ ਪੜਿਆ ਹੋਣਾ ਤੁਸੀਂ I'm not going to work because I'm sick ਇੱਥੇ ਕੋਈ ਕਮਾ ਨਹੀਂ ਲਾਉਣਾ ਆਪਾਂ ਹੁਣ ਦੇਖੋ ਜਦੋਂ ਦੋ ਵਾਕ ਕਨੈਕਟ ਕਰਨੇ ਆ ਹੁਣ ਜੇ ਆਪਾਂ ਇੱਥੇ ਕਹਿ ਦਈਏ because because I'm sick ਵਾਕ ਦਾ ਮਤਲਬ ਤਾਂ ਉਹੀ ਆ ਪਰ ਆਪਾਂ ਕਨੈਕਟ ਹੋਰ ਤਰੀਕੇ ਨਾਲ ਕਰਤੇ I am not going to work ਠੀਕ ਹੈ ਜੀ ਜਦੋਂ ਆਪਾਂ बिकॉज ਜਿਹੜਾ ਸਬੋਡੀਨੇਟਿੰਗ ਕਨਜੰਕਸ਼ਨ ਅੱਗੇ ਲਾਤਾ ਤਾਂ ਜਿਹੜਾ ਇੱਥੇ ਜਦੋਂ ਇਹ ਵਾਕ ਦੂਸਰਾ ਸਟਾਰਟ ਹੋਣਾ ਤਾਂ ਕਾਮਾ ਲੱਗੂਗਾ ਜੇ ਵਿੱਚ ਲੱਗਿਆ ਫਿਰ ਕੋਈ ਲੋੜ ਨਹੀਂ ਆ ਕਾਮਾ ਲਾਉਣ ਦੀ ਇਹ ਆ ਗਿਆ ਸਾਡੇ ਸਬੋਡੀਨੇਟ ਕਨਜੰਕਸ਼ਨ ਵਾਲਾ ਕਨਸੈਪਟ ਜਿਹੜਾ ਕਨਜੈਕਸ਼ਨ ਦਾ ਸੈਕੰਡ ਪਾਰਟ ਆ ਹੁਣ ਆਪਾਂ ਅੱਗੇ ਵਧਾਂਗੇ ਕੋਰਿਲੇਟਿਵ ਤੇ ਜਾਵਾਂਗੇ ਆ ਇੱਧਰ ਲਿਖ ਲੈਨੇ ਆ ਖੁੱਲਾ ਜਿਆ ਕਰਕੇ ਤਾਂ ਕਿ ਤੁਹਾਨੂੰ ਵਧੀਆ ਪਤਾ ਲੱਗ ਜੇ ਲਓ ਜੀ ਆਪਾਂ ਇੱਥੇ ਲਿਖ ਲਿਆ ਕੋਰਿਲੇਟਿਵ ਠੀਕ ਹੈ ਜੀ ਹੁਣ ਇਹ ਸਾਡੇ ਜਿਹੜੇ ਕਨਜੰਕਸ਼ਨ ਹੁੰਦੇ ਨੇ ਉਥੇ ਯੂਜ਼ ਹੁੰਦੇ ਜਦੋਂ ਵਾਕ ਤਾਂ ਸਾਡੇ ਕੋਲ ਦੋ ਹੀ ਹੋਣ ਪਰ ਜਿਹੜਾ ਦੂਜਾ ਵਾਕ ਆ ਜਾਂ ਤਾਂ ਉਹ ਪਹਿਲੇ ਵਾਕ ਦਾ ਕੰਪਲੀਮੈਂਟਰੀ ਹੋਵੇ ਕੰਪਲੀਮੈਂਟਰੀ ਤੋਂ ਸਮਝਦੇ ਹੋ ਨਾ ਤੁਸੀਂ ਜਿਵੇਂ ਆਪਾਂ ਕਹਿੰਦੇ ਨੇ ਮੈਨੂੰ ਉਹਨੇ ਕੰਪਲੀਮੈਂਟ ਕੀਤਾ ਇਹ ਕੀਤਾ ਵਾਹ ਕੀਤਾ ਠੀਕ ਆ ਜਾਂ ਫਿਰ ਹੋਵੇ ਰੈਸੀਪੋਕਲ ਕੰਪਲੀਮੈਂਟਰੀ ਹੁੰਦਾ ਵੀ ਇੱਕ ਗੁਣ ਦੇ ਵਿੱਚ ਦੂਜਾ ਗੁਣ ਐਡ ਹੋਣਾ ਕੰਪਲੀਮੈਂਟ ਕਰਦੇ ਹੁੰਦੇ ਆਪਾਂ ਵਿੱਚ ਐਡ ਹੋ ਜਾਣਾ ਮਤਲਬ ਵਧੀਆ ਚੀਜ਼ ਪੋਜ਼ਿਟਿਵ ਚੀਜ਼ ਐਡ ਹੋ ਜਾਣੀ ਰੈਸੀਪੋਕਲ ਹੁੰਦਾ ਜਦੋਂ ਇੱਕ ਚੀਜ਼ ਹੋਣੀ ਉਹਦੇ ਦੂਜੀ ਚੀਜ਼ ਉਹਦੇ ਉਲਟ ਹੋਣੀ ਇਹ ਰੈਸੀਪੋਕਲ ਹੁੰਦਾ ਹੁਣ ਜਦੋਂ ਇਹ ਦੋ ਟਾਈਪ ਦੇ ਜਦੋਂ ਵਾਕ ਹੋਣ ਜਦੋਂ ਤਾਂ ਜਦਾਂ ਦੋ ਆਪਣੇ ਕੋਲ ਮੰਨ ਲਓ ਇੱਕ ਇੱਕ ਕਲੌਜ਼ ਆ ਇੱਕ ਹੋਰ ਕਲੌਜ਼ ਆਪਣੇ ਕੋਲੇ ਉਹ ਦੋਨੇ ਕੰਪਲੀਮੈਂਟਰੀ ਨੇ ਉਥੇ ਵੀ ਆਪਾਂ ਇਹ ਕਨਜੰਕਸ਼ਨ ਯੂਜ਼ ਕਰਾਂਗੇ ਜੇ ਆਪਣੇ ਕੋਲ ਜੇ ਉਹ ਦੋਨੇ ਰੈਸੀਪੋਕਲ ਨੇ ਵਾਕ ਆਪਸ ਦੇ ਵਿੱਚ ਉਲਟ ਨੇ ਤਾਂ ਵੀ ਆਪਾਂ ਔਰ ਰਿਲੇਟਿਵ ਕਨਜੰਕਸ਼ਨ ਉਤੇ ਯੂਜ਼ ਕਰ ਲੈਣੇ ਹੁੰਦੇ ਆ ਲਓਣ ਇਹਦੀ ਉਦਾਹਰਣ ਦੇਖਦੇ ਆਪਾਂ ਉਦਾਹਰਣ ਦੇ ਅਨੁਸਾਰ ਤੁਹਾਨੂੰ ਪਤਾ ਲੱਗ ਜੂਗਾ ਇਹ ਜਿਹੜੇ ਹੁੰਦੇ ਨੇ ਪੇਅਰ ਦੇ ਵਿੱਚ ਅਕਰ ਕਰਦੇ ਆ ਕਨਜੰਕਸ਼ਨ ਜਿਵੇਂ ਆਪਣੇ ਕੋਲ ਹੁੰਦਾ ਬੋਥ ਤੇ ਐਂਡ ਆਈਦਰ ਤੇ ਔਰ ਨਾਇਦਰ ਤੇ ਨੌਰ ਨਾਟ ਓਨਲੀ ਬਟ ਆਲਸੋ ਇਹ ਪੇਅਰ ਚੱਕਰ ਕਰਦੇ ਹੁੰਦੇ ਨੇ ਇੱਕ ਗੱਲ ਯਾਦ ਰੱਖਣੀ ਇਹਨਾਂ ਦੀ ਕੋਰਿਲੇਟਿਵ ਕੰਜੰਕਸ਼ਨਾਂ ਦੀ ਹੁਣ ਆਪਾਂ ਇੱਕ ਵਾਕ ਬਣਾ ਕੇ ਦੇਖ ਲਾਂਗੇ ਸਿੰਪਲ ਜਿਹਾ ਬਣਾ ਲੈਨੇ ਆ ਜੱਸੀ ਇਜ਼ ਨਾਟ ਓਨਲੀ ਗੁੱਡ ਇਨ ਸਟੱਡੀਜ਼ ਬਟ ਆਲਸੋ ਇਨ ਗੇਮਸ ਕਨਜੰਕਸ਼ਨ ਤਾਂ ਆਪਾਂ ਤੁਹਾਨੂੰ ਦੱਸਿਆ ਸੀ ਦੋ ਵਾਕਾਂ ਨੂੰ ਆਪਾਂ ਇਕੱਠੇ ਕਰਦੇ ਆਂ ਇਹ ਵੀ ਦੋ ਵਾਕ ਨੇ ਇੱਕ ਉਹ ਕਹਿੰਦਾ ਜੱਸੀ ਇਜ਼ ਗੁੱਡ ਇਨ ਸਟੱਡੀਜ਼ ਇੱਕ ਉਹ ਕਹਿੰਦਾ ਜੱਸੀ ਇਜ਼ ਗੁੱਡ ਇਨ ਗੇਮਸ ਹੁਣ ਮੰਨ ਲਓ ਇਹ ਦੋਨੇ ਵਾਕਾਂ ਦਾ ਆਪਾਂ ਇੱਕ ਬਣਾ ਲਿਆ ਉਹ ਕਹਿੰਦਾ ਜੱਸੀ ਇਜ਼ ਨਾਟ ਓਨਲੀ ਗੁੱਡ ਇਨ ਸਟੱਡੀਜ਼ ਉਹ ਕਹਿੰਦੀ ਕੱਲੀ ਪੜ੍ਹਾਈ 'ਚ ਨਹੀਂ ਉਹ ਗੁੱਡ ਆ ਪਰ ਉਹ ਖੇਡਾਂ 'ਚ ਵੀ ਗੁੱਡ ਆ ਇਹਦੇ 'ਚ ਆਪਾਂ ਲਾਤਾ ਨਾਟ ਓਨਲੀ ਤੇ ਵਾਟ ਆਲਸੋ ਉਹੀ ਪੇਅਰ ਦੇ ਵਿੱਚ ਸਜੇਸਟ ਕਰਦੇ ਨੇ ਕਨਜੰਕਸ਼ਨ ਲਓ ਜੀ ਆਪਣਾ ਕੋਰਲੇਟਿਵ ਵੀ ਹੋ ਗਿਆ ਕਨਜੰਕਸ਼ਨ ਪਤਾ ਲੱਗ ਗਿਆ ਜਿਹੜਾ ਆਪਣਾ ਕੰਬਾਈਨਡ ਸੈਂਟੈਂਸ ਦਾ ਪਹਿਲਾ ਪਾਰਟ ਆ ਉਹ ਪਤਾ ਲੱਗ ਗਿਆ ਹੋਊਗਾ ਅੱਗੇ ਵਧੀਏ ਚਲੋ ਜੀ ਹੁਣ ਆਪਾਂ ਅੱਗੇ ਚੱਲਦੇ ਆਂ ਕਨਜੰਕਸ਼ਨ ਢਾਹ ਤੇ ਕਨਜੰਕਸ਼ਨ ਵਾਲਾ ਸਿਰਫ ਪਹਿਲਾ ਕਨਸੈਪਟ ਸੀ ਪਰ ਇਹ ਲੰਬਾ ਚਲਾ ਗਿਆ ਚਲੋ ਕੋਈ ਗੱਲ ਨਹੀਂ ਇਹ ਮੇਨ ਵੀ ਆ ਕਿਉਂਕਿ ਬਹੁਤ ਥਾਵਾਂ ਤੇ ਮੇਜਰ ਥਾਵਾਂ ਤੇ ਇਹੀ ਯੂਜ਼ ਹੁੰਦਾ ਸਾਡਾ ਕਨਜੰਕਸ਼ਨਸ ਹੋ ਗਿਆ ਹੁਣ ਅੱਗੇ ਆ ਜਿਹੜਾ ਸਾਡਾ ਜਿਹੜਾ ਸਾਡਾ ਦੂਜਾ ਪਾਰਟ ਆ ਇਹ ਆ ਜੀ ਇਕੱਲਾ ਸੈਮੀ ਕੋਲਨ ਯੂਜ਼ ਕਰਕੇ ਕਨੈਕਟ ਕਰਨੇ ਆਪਾਂ ਦੋ ਸੈਂਟੈਂਸਾਂ ਨੂੰ ਇਕੱਲੇ ਸੈਮੀ ਕੋਲਨ ਨਾਲ ਵੀ ਕੰਬਾਈਨ ਕਰ ਸਕਦੇ ਆ ਕੀ ਹੁੰਦਾ ਹੈਗਾ ਸੈਮੀ ਕੋਲਨ ਆ ਇੱਕ ਬਿੰਦੀ ਜੀ ਲੱਗੀ ਹੁੰਦੀ ਹੈ ਇੱਕ ਕਮਾ ਖਿੱਚਿਆ ਹੁੰਦਾ ਇਹਨੂੰ ਕਹਿੰਦੇ ਹੁੰਦੇ ਨੇ ਸੈਮੀ ਕੋਲਨ ਜਦੋਂ ਆਪਣੇ ਕੋਲ ਦੋ ਵਾਕ ਪਏ ਅੱਡੜ ਜੇ ਉਹਨਾਂ ਨੂੰ ਜੋੜਨਾ ਆਪਾਂ ਤਾਂ ਇਹ ਲਾ ਕੇ ਵੀ ਆਪਾਂ ਜੋੜ ਸਕਦੇ ਆ ਜ਼ਰੂਰੀ ਨਹੀਂ ਆ ਵੀ ਆਪਾਂ ਉਹ ਕਨਜੰਕਸ਼ਨ ਯੂਜ਼ ਕਰਨਾ ਉਹ ਯੂਜ਼ ਕਰਨਾ ਇਹ ਅਲੱਗ-ਅਲੱਗ ਸੈਂਟੈਂਸ ਨੂੰ ਕੰਬਾਈਨ ਕਰਨ ਦੇ ਅਲੱਗ-ਅਲੱਗ ਤਰੀਕੇ ਨੇ ਪਹਿਲਾ ਤਰੀਕਾ ਤੁਸੀਂ ਸਿੱਖ ਲਿਆ ਵੀ ਕਨਜਕਸ਼ਨ ਨਾਲ ਕਰ ਸਕਦੇ ਹੋ ਦੂਜਾ ਤਰੀਕਾ ਆ ਗਿਆ ਸੈਮੀਕੋਲਨ ਨਾਲ ਹੁਣ ਸੈਮੀਕੋਲਨ ਨਾਲ ਕਿਵੇਂ ਕਰੋਗੇ ਮੰਨ ਲਓ ਆਪਾਂ ਇੱਕ ਵਾਕ ਲੈ ਲਿਆ ਆਈ ਹੈਵ ਕੋਗਡ ਫੂਡ ਐਵਰੀ ਡੇ this week ਲੋ ਜੀ ਟੂਡੇ ਇਟ ਇਜ਼ ਯੂਅਰ ਟਰਨ ਇਹ ਦੋ ਅਲੱਗ-ਅਲੱਗ ਬਾਕਸ ਹੀ ਇੱਕ ਜਦੋਂ ਕਹਿ ਰਿਹਾ ਵੀ ਆਹ ਸਾਰੇ ਹਫਤੇ ਖਾਣਾ ਮੈਂ ਬਣਾਇਆ ਇੱਕ ਬਾਕਸ ਚੋ ਕਹਿ ਰਿਹਾ ਵੀ ਅੱਜ ਭਾਈ ਖਾਣਾ ਬਣਾਉਣ ਦੀ ਤੇਰੀ ਵਾਰੀ ਆ ਹੁਣ ਉਹਨੇ ਦੋਨੇ ਵਾਕਾਂ ਨੂੰ ਜਦੋਂ ਆਪਾਂ ਕਨੈਕਟ ਕਰਾਂਗੇ ਤਾਂ ਇੱਥੇ ਇੱਕ ਸੈਮੀ ਕੋਲਨ ਲਾ ਲਓ ਬਸ ਇਹਦੇ ਨਾਲ ਹੀ ਕੰਮ ਚੱਲ ਜਾਣਾ ਇਹਦੇ ਨਾਲ ਵੀ ਸੈਂਟੈਂਸ ਕੰਬਾਈਨ ਹੋ ਗਿਆ ਦੋ ਸੈਂਟੈਂਸ ਜਦੋਂ ਇਹ ਸੈਮੀ ਕੋਲਨ ਵਾਲਾ ਕੋਈ ਬੜਾ ਖਾਸ ਨਹੀਂ ਹੈ ਇਹ ਕਿਸੇ ਵੀ ਤਰੀਕੇ ਨਾਲ ਆਪਾਂ ਤੁਸੀਂ ਦੋ ਸੈਂਟੈਂਸ ਪਾਏ ਹੁੰਦੇ ਨੇ ਉਹਨਾਂ ਨੂੰ ਚੱਕ ਕੇ ਕੰਬਾਈਨ ਕਰ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਹੈ ਹੋਰ ਵੀ ਅਜਿਹੀਆਂ ਬਥੇਰੀਆਂ ਧਾਰਨਾਵਾਂ ਹੋਣਗੀਆਂ ਪਰ ਇਹ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਨਾਲ ਸੈਮੀ ਕੋਲਨ ਨਾਲ ਵੀ ਸੈਂਟੈਂਸ ਕੰਬਾਈਨ ਹੋ ਜਾਂਦੇ ਹੁੰਦੇ ਆ ਇਹ ਸੌਖਾ ਜਿਹਾ ਕੰਮ ਆ ਹੁਣ ਅੱਗੇ ਵਧਦੇ ਆ ਆਪਾਂ ਤੀਜੇ ਪਾਰਟ ਦੇ ਤੀਜੇ ਤਰੀਕੇ ਦੇ ਨਾਲ ਆਪਾਂ ਕਿਸ ਤਰੀਕੇ ਦੇ ਨਾਲ ਸੈਂਟੈਂਸ ਕੰਬਾਈਨ ਕਰ ਸਕਦੇ ਹਾਂ ਉਹ ਤਰੀਕਾ ਹੈ ਜੀ ਸਾਡੇ ਕੋਲੇ ਸੈਮੀ ਕੋਲਨ ਤੇ ਨਾਲ ਕਨਜਕਟਿਵ ਐਡਵਰਬ ਸੈਮੀ ਕੋਲਨ ਵੀ ਯੂਜ਼ ਕਰਨਾ ਤੇ ਇੱਕ ਨਾਲ ਕਨਜਕਟਿਵ ਐਡਵਰਬ ਯੂਜ਼ ਕਰਨਾ ਸੈਮੀ ਕੋਲਨ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਕਨਜਕਟਿਵ ਐਡਵਰਬ ਦੱਸ ਦਿੰਨਾ ਮੈਂ ਕੀ ਹੁੰਦਾ ਤੁਹਾਨੂੰ ਇਹ ਹੁੰਦਾ देयरਫੋਰ ਹਾਊਐਵਰ ਫਰਦਰ ਮੋਰ ਇਹ ਸਾਰੇ ਜਿਹੜੇ ਹੁੰਦੇ ਨੇ ਕਨਜਕਟਿਵ ਐਡਵਰਬ ਹੁੰਦੇ ਨੇ ਇਹਨਾਂ ਨੂੰ ਯੂਜ਼ ਕਰਕੇ ਵੀ ਆਪਾਂ ਦੋ ਸੈਂਟੈਂਸਾਂ ਨੂੰ ਕੰਬਾਈਨ ਕਰ ਸਕਦੇ ਹਾਂ ਲਓ ਜੀ ਆਪਾਂ ਦੋ ਸੈਂਟੈਂਸ ਲੈ ਲੈਨੇ ਆ ਇੱਥੇ ਲੈ ਲਿਆ ਗੱਬਰ बॉन द रेस ही इज नॉट सैटिस फाइड विद हीज टाइमिंग ठीक है जी दो संटेंस ने अपने को डभी ग्बर ने रेस जित ली है ਉਹ ਆਪਦੀ ਜਿਹੜੀ ਰੇਸ ਦੀ ਟਾਈਮਿੰਗ ਆਈ ਹੈ ਉਹਦੇ ਤੋਂ ਸੰਤੁਸ਼ਟ ਨਹੀਂ ਐ ਵੀ ਚਾਹੇ ਰੇਸ ਜਿੱਤ ਗਿਆ ਪਰ ਉਹ ਆਪਦੀ ਟਾਈਮਿੰਗ ਤੋਂ ਸੰਤੁਸ਼ਟ ਨਹੀਂ ਐ ਹੁਣ ਇਹ ਜਦੋਂ ਆਪਾਂ ਵਾਕ ਨੂੰ ਕਨੈਕਟ ਕਰਾਂਗੇ ਤਾਂ ਆਪਾਂ ਇਹ ਤਰੀਕੇ ਦੇ ਨਾਲ ਕਰ ਸਕਦੇ ਹਾਂ ਜਿਹੜਾ ਆਪਣਾ ਤੀਜਾ ਤਰੀਕਾ ਸੀ ਇਹਦੇ ਨਾਲ ਕਰ ਸਕਦੇ ਹਾਂ ਸੈਮੀ ਕੋਲਨ ਤੇ ਕਨਜੈਕਟਿਵ ਐਡਵਰਬ ਲਾ ਕੇ ਉਹ ਕਿਵੇਂ ਕਰਾਂਗੇ ਆਪਾਂ ਇੱਥੇ ਆਪਾਂ ਇੱਕ ਪਹਿਲਾ ਵਾਕ ਆ ਨਾ ਤੇ ਸੈਮੀ ਕੋਲਨ ਲਾ ਦਾਂਗੇ ਵਾਕ ਨੂੰ ਬ੍ਰੇਕ ਕਰ ਦਾਂਗੇ ਹੁਣ ਇਹਨਾਂ ਨੂੰ ਇਹ ਵਾਕ ਨੂੰ ਥੋੜਾ ਜਿਹਾ ਸੋਹਣਾ ਬਣਾਉਣ ਵਾਸਤੇ ਅਪਾ ਇੱਥੇ ਲਾ ਦਾਂਗੇ ਵਧੀਆ ਇਹਦਾ ਵਧੀਆ ਮਤਲਬ ਬਣਾਉਣ ਵਾਸਤੇ ਹਾਊ ਐਵਰ ਕਾਮਾ ਫੇਰ ਲੱਗੂਗਾ ਗੱਬਰ ਬੌਣ ਦਾ ਰੇਸ ਹਾਊ ਐਵਰ ਹੀ ਇਜ਼ ਅ ਨਾਟ ਸੈਟੀਸਫਾਈਡ ਵਿਦ ਥਿਸ ਟਾਈਮਿੰਗ ਗੱਬਰ ਨੇ ਰੇਸ ਤਾਂ ਜਿੱਤ ਲਈ ਪਰ ਉਹ ਟਾਈਮਿੰਗ ਤੋਂ ਸੈਟੀਸਫਾਈਡ ਨਹੀਂ ਹੈ ਇਹ ਵੀ ਉਹੀ ਤਰੀਕਾ ਵੀ ਜਿਹੜੇ ਦੋਨੇ ਵਾਕ ਹੁੰਦੇ ਆ ਇਹ ਆਪਸ ਚ ਡਿਪੈਂਡ ਨਹੀਂ ਕਰਦੇ ਹੁੰਦੇ ਇਹ ਨਹੀਂ ਹੈਗਾ ਵੀ ਇਹ ਵਾਕ ਇਹਤੇ ਕੋ ਡਿਪੈਂਡ ਕਰੂਗਾ ਇਹ ਅੱਡ ਚੀਜ਼ ਆ ਵੀ ਗੱਬਰ ਰੇਸ ਜਿੱਤ ਗਿਆ ਇਹ ਅੱਡ ਚੀਜ਼ ਆ ਵੀ ਉਹ ਪਰਪਰ ਰੇਸ ਤੋਂ ਆਪਦੀ ਟਾਈਮਿੰਗ ਤੋਂ ਸੈਟੀਸਫਾਈ ਨਹੀਂ ਹੈਗਾ ਇਹ ਦੋਨਾਂ ਵਾਕਾਂ ਨੂੰ ਆਪਾਂ ਇਕੱਠਾ ਲਿਖਣਾ ਤਾਂ ਕਨਜਕਟਿਵ ਐਡਵਰਬ ਯੂਜ਼ ਕਰ ਦਿੰਨੇ ਆ ਹੁਣ ਇਹਦੇ ਵਿੱਚ ਇੱਕ ਛੋਟੀ ਜਿਹੀ ਹੋਰ ਨੋਟ ਕਰਨ ਵਾਲੀ ਚੀਜ਼ ਆ ਵੀ ਜਿਹੜਾ ਪਹਿਲਾ ਵਾਕ ਆ ਜਦੋਂ ਪਹਿਲਾ ਵਾਕ ਖਤਮ ਹੋਊਗਾ ਉੱਥੇ ਆਪਾਂ ਸੈਮੀ ਕੋਲਨ ਲਾਉਣਾ ਤੇ ਜਿੱਥੇ ਆ ਹਾਊਏਵਰ ਥੇਰਫੋਰ ਫਰਦਰ ਮੋਰ ਲੱਗੂ ਉਹ ਕਨਜਕਟਿਵ ਐਡਵਰਬ ਲਾ ਕੇ ਇੱਕ ਕਾਮਾ ਲਾਉਣਾ ਸਿੰਗਲ ਥੱਲੇ ਫੇਰ ਇਹ ਸੈਂਟੈਂਸ ਆ ਜਮਾ ਸਹੀ ਤੇ ਪਰਫੈਕਟ ਬਣੂਗਾ ਤੇ ਪੂਰਾ ਇੱਕ ਬਿਹਤਰੀਨ ਕੰਬਾਈਨਡ ਸੈਂਟੈਂਸ ਬਣ ਕੇ ਤੁਹਾਡੇ ਅੱਗੇ ਆਊਗਾ ਇਹ ਕੰਬਾਈਨ ਸੈਂਟੈਂਸ ਕਰਨ ਦੇ ਤਿੰਨ ਜਿਹੜੇ ਤਰੀਕੇ ਸੀ ਉਹ ਆਪਾਂ ਅੱਜ ਕਰ ਲਏ ਨੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਪੂਰੀ ਤਰ੍ਹਾਂ ਨਾਲ ਜਿਹੜਾ ਟੌਪਿਕ ਆ ਉਹ ਕਲੀਅਰ ਹੋ ਗਿਆ ਹੋਊਗਾ ਫੇਰ ਵੀ ਜੇ ਕੋਈ ਡਾਊਟ ਆ ਤਾਂ ਥੱਲੇ ਕਮੈਂਟਸ 'ਚ ਪੁੱਛੋ ਅਸੀਂ ਜ਼ਰੂਰ ਤੁਹਾਡਾ ਡਾਊਟ ਕਲੀਅਰ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਇਹ ਟੌਪਿਕ ਕਲੀਅਰ ਹੋ ਜੇ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ Así que...